ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਵੀਰ ਜੀ ਨਾਲ ਉਹਨਾਂ ਦੇ ਵਿਚਾਰ ਲੈਂਦੇ ਹਾਂ, ਉਹ ਅੱਜ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਆ ਅਤੇ ਸਾਡੀ ਕੌਮ ਕਿਹੜੇ ਮਸਲੇ ਵਿੱਚੋਂ ਲੰਘ ਰਹੀ ਹੈ, ਇਹ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਦੋਨਾਂ ਦਾ ਸ਼ਹੀਦੀ ਦਿਹਾੜਾ ਹੈ ਅਤੇ ਭਾਈ ਬੇਅੰਤ ਸਿੰਘ ਜੀ ਜਿਹੜੇ ਮੌਕੇ 'ਤੇ ਸ਼ਹੀਦ ਹੋ ਗਏ ਸਨ, ਉਹਨਾਂ ਦੀ ਵੀ ਯਾਦ ਉਹਨਾਂ ਦੇ ਨਾਲ ਹੀ ਮਨਾਈ ਜਾਂਦੀ ਹੈ ਜੀ। ਮੈਂ ਇੱਥੇ ਦੋ ਤਿੰਨ ਗੱਲਾਂ ਸਪਸ਼ਟ ਕਰਨੀਆਂ ਚਾਹੁੰਦਾ ਜੀ। ਜਿਹੜਾ ਆਮ ਬੁਲਾਰੇ ਜਿਹੜੇ ਨੇ ਜੀ, ਉਹ ਕਹੀ ਜਾਂਦੇ ਨੇ ਜੀ, ਜਿਹੜਾ ਕਿ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਮ ਬੁਲਾਰੇ ਇਹ ਕਹੀ ਜਾਂਦੇ ਨੇ ਕਿ ਅਕਾਲ ਤਖ਼ਤ ਸਾਹਿਬ ਸਭ ਤੋਂ ਵੱਡੀ ਅਦਾਲਤ ਆ ਜੀ। ਤਖ਼ਤ ਅਤੇ ਅਦਾਲਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੀ। ਅਕਾਲ ਤਖ਼ਤ ਰੱਬੀ ਤਖ਼ਤ ਆ ਅਤੇ ਖਾਲਸਾ ਅਕਾਲ ਪੁਰਖ ਦੀ ਫੌਜ ਆ। ਅਕਾਲ ਪੁਰਖ ਦਾ ਹੁਕਮ ਆ, ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੁਕਮ ਆ ਉਹ ਅਲਾਈ ਹੁਕਮ ਆ, ਅਤੇ ਅਦਾਲਤਾਂ ਜਿਹੜੀਆਂ ਨੇ ਉਹ ਸਾਰੀਆਂ ਉਹਨਾਂ ਦੇ ਅਧੀਨ ਨੇ। ਕੁਝ ਦੁਨਿਆਵੀ ਅਦਾਲਤਾਂ ਨੇ ਅਤੇ ਜਿਹੜੀਆਂ ਖਾਲਸਾਈ ਅਦਾਲਤਾਂ ਵੀ ਨੇ, ਉਹ ਵੀ ਅਕਾਲ ਤਖ਼ਤ ਸਾਹਿਬ ਨੂੰ ਸਾਨੂੰ ਤਖ਼ਤ ਹੀ ਕਹਿਣਾ ਚਾਹੀਦਾ, ਵੱਡੀ ਸਭ ਤੋਂ ਅਦਾਲਤ ਨਹੀਂ ਕਹਿਣਾ ਚਾਹੀਦਾ ਜੀ। ਦੂਜੀ ਗੱਲ, ਇੱਕ ਇਹ ਆਮ ਬੁਲਾਰੇ ਇਹ ਕਹਿ ਜਾਂਦੇ ਆ ਕਿ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਜੀ। ਜੀ, ਕਤਲ ਕਰਨ ਵਾਲਾ ਸਿੱਖ ਨਹੀਂ ਅਤੇ ਸਿੱਖ ਹੱਥੋਂ ਮਰਨ ਵਾਲਾ ਮਕਤੂਲ ਨਹੀਂ। ਇਹ ਇੱਕ ਗੱਲ ਸਾਨੂੰ ਇਤਿਹਾਸ ਦੇ ਪਰਫੇਕ ਦੇ ਵਿੱਚ ਖਾਲਸਾਈ ਸਿਧਾਂਤਾਂ ਅਨੁਸਾਰ ਸਮਝ ਕੇ ਚੱਲਣਾ ਚਾਹੀਦਾ ਵਾ। ਉਹਦਾ ਕਤਲ ਨਹੀਂ ਕੀਤਾ, ਉਹਨੂੰ ਸੋਧਾ ਲਾਇਆ ਵਾ, ਕਿਉਂਕਿ ਖਾਲਸਾਈ ਅਡਿਆਲੋਜੀ ਵਿੱਚ, ਖਾਲਸਾਈ ਫਲਸਫੇ ਵਿੱਚ ਜਿਹੜੀ ਸ਼ਬਦਾਵਲੀ ਆ ਉਹ ਪਹਿਲਾਂ ਹੈਗਾ ਕਿ ਸੁਧਾਰ ਕਰਨਾ। ਜੇ ਗੱਲਬਾਤ ਦੇ ਨਾਲ ਸਮਝਾਇਆ ਕੋਈ ਸੁਧਰ ਜਾਏ ਅਤੇ ਉਹਦਾ ਸੁਧਾਰ ਹੋ ਗਿਆ, ਜੇ ਨਾ ਸੁਧਰੇ ਤਾਂ ਫਿਰ ਉਹਨੂੰ ਸੋਧਾ ਲਾਉਣਾ ਪੈਂਦਾ ਵਾ, ਅਤੇ ਉਹ ਉਹਨੂੰ ਸੋਧਾ ਲਾਇਆ ਵਾ, ਨਾ ਕਿ ਉਹਦਾ ਕਤਲ ਕੀਤਾ ਵਾ। ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਕਾਤਲ ਨਹੀਂ, ਉਹ ਜੁਝਾਰੂ ਯੋਧੇ ਨੇ। ਦੂਜੀ ਗੱਲ ਇੱਕ ਹੋਰ, ਜਿਹੜਾ ਆਮ ਇੱਥੇ ਕਹਿ ਦਿੰਦੇ ਹਾਂ ਆਪਾਂ, ਆਮ ਬੁਲਾਰੇ ਗੱਲ ਇਹ ਕਹਿ ਦਿੰਦੇ ਆ ਕਿ ਦਰਬਾਰ ਸਾਹਿਬ ਦੇ ਉੱਤੇ, ਪਹਿਲੀ ਗੱਲ ਤਾਂ ਆ ਕਿ ਬਲਿਊ ਸਟਾਰ ਓਪਰੇਸ਼ਨ ਕਹਿਣਾ ਗਲਤ ਆ ਜੀ। ਓਪਰੇਸ਼ਨ ਦਾ ਮਤਲਬ ਕੀ ਹੁੰਦਾ ਕਿ ਓਪਰੇਸ਼ਨ ਕਰਕੇ ਜਿਹੜਾ ਕੋਈ ਸਰੀਰ ਦਾ ਰੋਗ ਆ, ਜਿਹੜਾ ਕੋਈ ਅੰਗ ਖਰਾਬ ਹੋ ਗਿਆ, ਉਹਨੂੰ ਵਿੱਚੋਂ ਵੱਖ ਕਰ ਦੇਣਾ। ਇਹ ਉਹਨਾਂ ਨੇ ਇਹ ਨਾਂ ਕਿਨ ਰੱਖਿਆ, ਇਹ ਰੱਖਿਆ ਹਿੰਦੁਸਤਾਨ ਨੇ ਜੀ। ਅਤੇ ਹਿੰਦੁਸਤਾਨ ਨੇ ਕਿਹਦੇ ਵਾਸਤੇ ਰੱਖਿਆ? ਸਿੱਖ ਕੌਮ ਵਾਸਤੇ। ਭਾਈ ਸਿੱਖ ਕੌਮ ਦਾ ਜਿਹੜਾ ਇਹ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਇਹ ਸੀ ਕਿ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੀ ਅਗਵਾਈ ਹੇਠ ਜਿੰਨੇ ਵੀ ਇੱਥੇ ਇਕੱਠੇ ਹੋਏ ਸੀ ਦਰਬਾਰ ਸਾਹਿਬ ਦੇ ਵਿੱਚ, ਚਾਹੇ ਪੂਰੇ ਪੰਜਾਬ ਦੇ ਵਿੱਚ, ਕਿਉਂਕਿ ਇਕੱਲੇ ਇੱਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ, 40 ਹੋਰ ਗੁਰਦੁਆਰਿਆਂ 'ਤੇ ਵੀ ਇੱਕੋ ਟਾਈਮ ਦੇ ਉੱਤੇ ਕੀਤਾ ਗਿਆ। ਇਸ ਕਰਕੇ ਇਹ ਓਪਰੇਸ਼ਨ ਨਹੀਂ, ਇਹ ਘੱਲੂਘਾਰਾ ਵਾ ਜੀ। ਘੱਲੂਘਾਰੇ ਦਾ ਮਤਲਬ ਕੀ ਹੁੰਦਾ ਕਿ ਕਿਸੇ ਕੌਮ ਨੂੰ ਦੀ ਸਫਾ ਹਸਤੀ ਤੋਂ ਮਿਟਾਉਣ ਦਾ ਯਤਨ ਜੀ। ਅਤੇ ਸਭ ਤੋਂ ਵੱਡਾ ਉਹਦੇ ਵਿੱਚ ਨਿਸ਼ਾਨਾ ਹੁੰਦਾ ਕਿ ਕਿਸੇ ਕੌਮ ਦਾ ਜਿਹੜਾ ਸਭ ਤੋਂ ਸਰਵਉੱਚ ਸਥਾਨ ਆ ਉਹਨੂੰ ਮਿਟਾ ਦਿੱਤਾ ਜਾਏ, ਅਤੇ ਇਹ ਟੈਂਕਾਂ ਅਤੇ ਤੋਪਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਸੀ। ਇਹ ਕਰਕੇ ਇਹ ਸਾਰੀਆਂ ਗੱਲਾਂ ਸਿੱਖ ਕੌਮ ਨੂੰ, ਸਿੱਖ ਕੌਮ ਦੇ ਹਰ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਿੱਖ ਕਾਤਲ ਨਹੀਂ,
ਅਤੇ ਸਿੱਖ ਹੱਥੋਂ ਮਰਨ ਵਾਲਾ ਮਕਤੂਲ ਨਹੀਂ। ਅਕਾਲ ਤਖਤ ਸਾਹਿਬ ਸਭ ਤੋਂ ਵੱਡੀ ਅਦਾਲਤ ਨਹੀਂ, ਇਹ ਤਖਤ ਆ। ਅਤੇ ਤਖਤ ਕਿਹੜਾ? ਰੱਬੀ ਤਖਤ, ਜਿਹੜਾ ਸਦੀਵੀ ਤਖਤ, ਜਿਹੜਾ ਕਦੀ ਤੋਪਾਂ ਟੈਂਕਾਂ ਨਾਲ ਅਡਾਇਆਂ ਵੀ ਮਿਟ ਨਹੀਂ ਸਕਦਾ। ਇਹ ਆਈਡਿਆਲੋਜੀ ਉਹਨਾਂ ਦੀ ਹੈਗੀ ਆ, ਕਿਉਂਕਿ ਉਹ ਬਾਬਰੀ ਮਸਜਿਦ ਨੂੰ ਕਹਿੰਦੇ ਆ ਸ਼ਹੀਦ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕਦੀ ਸ਼ਹੀਦ ਨਹੀਂ ਹੋ ਸਕਦੇ, ਨਾ ਉਹਨਾਂ ਨੂੰ ਕੋਈ ਕਰ ਸਕਦਾ। ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰਨ ਦੇ ਨਾਲ ਵੀ ਉਹ ਜਿਹੜਾ ਫਲਸਫਾ ਵਾ ਅਕਾਲ ਤਖਤ ਸਾਹਿਬ ਦਾ, ਉਹ ਸਦਾ ਵਾਸਤੇ ਮਿਟ ਨਹੀਂ ਸਕਦਾ। ਇਹ ਸਦੀਵੀ ਤਖਤ ਆ, ਅਕਾਲ ਤਖਤ। ਅਕਾਲ ਦਾ ਮਤਲਬ ਕੀ ਹੈ? ਕਾਲ ਤੋਂ ਰਹਿਤ, ਭਾਵ ਇਹਦਾ ਖਾਤਮਾ ਕੋਈ ਕਰ ਹੀ ਨਹੀਂ ਸਕਦਾ, ਜੋ ਮਰਜ਼ੀ ਕਰ ਲਏ। ਇਹ ਗੱਲਾਂ ਸਾਨੂੰ ਸਮਝ ਕੇ ਚੱਲਣਾ ਚਾਹੀਦਾ। ਹੁਣ ਅਗਲੀ ਗੱਲ ਕਿ ਸਾਡੇ ਉੱਤੇ ਅਕਾਲ ਪੁਰਖ ਦੀ ਫੌਜ ਉੱਤੇ ਰੱਬੀ ਹੁਕਮ ਆਇਦ ਹੁੰਦਾ ਵਾ, ਰੱਬੀ ਹੁਕਮ ਲਾਗੂ ਹੁੰਦਾ, ਉਹਦਾ ਮਤਲਬ ਕੀ ਆ? ਜ਼ੁਲਮ ਦਾ ਨਾਸ਼, ਮਜ਼ਲੂਮ ਦੀ ਰਾਖੀ ਅਤੇ ਪੰਥ ਦੀ ਗੈਰਤ ਲਈ। ਜਦੋਂ ਵੀ ਤੁਹਾਨੂੰ ਲੋੜ ਪਏ, ਮੌਕਾ ਮਿਲੇ, ਕੋਈ ਵੱਡੀ ਤੋਂ ਵੱਡੀ ਸਲਤਨਤ ਚੁਣੌਤੀ ਕਰੇ ਦਏ ਤੁਹਾਨੂੰ, ਅਤੇ ਉਹਦੇ ਵਾਸਤੇ ਤੁਸੀਂ ਆਪਣਾ ਫਰਜ਼ ਨਿਭਾਉਣਾ। ਸੋ ਇਹ ਜ਼ੁਲਮ ਦਾ ਨਾਸ, ਮਜ਼ਲੂਮ ਦੀ ਰਾਖੀ ਅਤੇ ਖਾਲਸੇ ਦੀ ਅਣਖ ਅਤੇ ਗੈਰਤ ਨੂੰ ਬਰਕਰਾਰ ਰੱਖਣਾ ਹਰ ਸਿੱਖ ਦਾ ਫਰਜ਼ ਸੀ। ਅਤੇ ਸਾਡਾ ਗੁਰੂ 'ਤੇ ਵਿਸ਼ਵਾਸ, ਕਿੰਨਾ ਵਿਸ਼ਵਾਸ ਆ ਕਿ ਜਿਨ੍ਹਾਂ ਨੇ ਵੀ ਸਾਡੇ ਇਸ ਪਵਿੱਤਰ ਅਸਥਾਨ ਉੱਤੇ ਕੋਈ ਘਨਾਉਣਾ ਕਾਰਾ ਕੀਤਾ, ਮੱਸਾ ਰੰਗੜ ਤੋਂ ਲੈ ਕੇ, ਮੱਸਾ ਰੰਗੜ ਨੇ ਕਦੋਂ ਕੀਤਾ? 3 ਅਗਸਤ 1740 ਨੂੰ। ਅਤੇ ਉਹਨੂੰ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਕਦੋਂ ਸੋਧਿਆ? 2 ਜਨਵਰੀ 1741 ਨੂੰ, 153 ਦਿਨ, ਪੂਰੇ 5 ਮਹੀਨੇ ਬੰਦ ਆ। ਉਸ ਤੋਂ ਬਾਅਦ ਜਾਈਆ ਖਾਂ ਆਇਆ, ਉਹਨੇ ਫਿਰ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਨ ਦਾ ਯਤਨ ਕੀਤਾ, ਢਾ ਦਿੱਤਾ। ਅਤੇ ਉਹ ਕਦੋਂ ਉਹਨੇ ਕਾਰਾ ਕੀਤਾ? 13 ਨਵੰਬਰ 1746 ਨੂੰ। ਅਤੇ ਉਹਦਾ ਖਾਲਸੇ ਨੇ ਕਦੋਂ ਉਹਨੂੰ ਸੋਧ ਦਿੱਤਾ? 17 ਅਪ੍ਰੈਲ 1747 ਨੂੰ, ਪੂਰੇ 153 ਦਿਨ। ਉਸ ਤੋਂ ਬਾਅਦ ਜਹਾਨ ਖਾਂ ਆਇਆ, ਜਹਾਨ ਖਾਂ ਨੂੰ ਭਾਈ ਦਇਆ ਸਿੰਘ ਅਤੇ ਭਾਈ ਲਹਿਣਾ ਸਿੰਘ ਨੇ ਕਦੋਂ ਸੋਧਿਆ? ਉਹਨੇ ਕਾਰਾ ਕੀਤਾ 18 ਜਨਵਰੀ 1757 ਨੂੰ। ਅਤੇ 19 ਜੂਨ 1757 ਨੂੰ ਉਹਨੂੰ ਵੀ ਸੋਧ ਦਿੱਤਾ। ਉਸ ਤੋਂ ਬਾਅਦ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਬਰੂਦ ਦੇ ਨਾਲ ਅਡਾਇਆ, ਕਿੰਨੀ ਤਰੀਕ ਨੂੰ? 5 ਫਰਵਰੀ 1762 ਨੂੰ। ਅਤੇ ਉੱਥੋਂ ਹੀ ਇੱਕ ਇੱਟ ਨਿਕਲ ਕੇ ਉਹਦੇ ਨੱਕ 'ਤੇ ਵੱਜੀ, ਜਿਹੜੀ ਨਸੂਰ ਬਣ ਗਈ। ਅਤੇ ਉਹ ਵੀ ਪੂਰੇ 153 ਦਿਨ ਬਾਅਦ ਮੌਤ ਦੇ ਮੂੰਹ ਵਿੱਚ ਪੈ ਗਿਆ, ਕਿੰਨੀ ਤਰੀਕ ਨੂੰ? 8 ਜਨਵਰੀ 1762 ਨੂੰ। ਅਤੇ ਇੰਦਰਾ ਗਾਂਧੀ ਨੇ ਹਮਲਾ ਕਦੋਂ ਕੀਤਾ? 1 ਜੂਨ 1984 ਨੂੰ। ਅਤੇ ਉਹਨੂੰ ਖਾਲਸੇ ਨੇ ਕਦੋਂ ਸੋਧਤਾ? 31 ਅਕਤੂਬਰ 1984 ਨੂੰ, ਪੂਰੇ 153 ਦਿਨ। ਇਹ ਸਾਡਾ ਵਿਸ਼ਵਾਸ ਆ, ਦਰਬਾਰ ਸਾਹਿਬ 'ਤੇ ਹਮਲਾ ਹੋਣਾ ਸੀ, ਜ਼ਾਲਮ ਨੇ ਜ਼ੁਲਮ ਕਮਾਉਣਾ ਸੀ, ਸਿੱਖ ਕੌਮ ਨੂੰ ਸਫਾ ਹਸਤੀ ਤੋਂ ਮਿਟਾਉਣ ਦਾ ਯਤਨ ਕਰਨਾ ਸੀ। ਅਤੇ ਦਸਮ ਪਾਤਸ਼ਾਹ ਨੇ ਆਪਣੀ ਅਕਾਲ ਪੁਰਖ ਦੀ ਫੌਜ ਦੇ 2 ਜੁਝਾਰੂ ਯੋਧੇ ਉਹਦੇ ਆਸੇ ਪਾਸੇ ਤੈਨਾਤ ਕੀਤੇ ਸੀ, ਜਿਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਅਤੇ ਉਹਦਾ ਉਹਨੂੰ ਸੋਧਾ ਲਾ ਕੇ ਉਹਦਾ ਖਾਤਮਾ ਕਰ ਦਿੱਤਾ। ਇਸ ਕਰਕੇ ਸਾਨੂੰ ਗੁਰਮਤਿ ਦੀ
ਅਡਿਆਲੋ ਜੀ ਨੂੰ ਸਮਝ ਕੇ ਆਪਣੇ ਮੂੰਹ ਵਿੱਚੋਂ ਸ਼ਬਦਾਵਲੀ ਵਰਤਣੀ ਚਾਹੀਦੀ ਆ। ਅਤੇ ਦੂਜਾ ਅੱਜ ਦਾ ਦਿਨ ਮੈਸੇਜ ਕੀ ਦਿੰਦਾ, ਸੁਨੇਹਾ ਕੀ ਦਿੰਦਾ ਕਿ ਉਹਨਾਂ ਸ਼ਹੀਦਾਂ ਨੇ ਜਿਸ ਨਿਸ਼ਾਨੇ ਵਾਸਤੇ, ਜਿਸ ਮੰਤਵ ਨੂੰ ਪੂਰਾ ਕਰਨ ਵਾਸਤੇ ਜਿਸ ਢੰਗ ਦੀ ਵਰਤੋਂ ਕੀਤੀ, ਸਾਨੂੰ ਵੀ ਉਹਦੇ ਵਾਸਤੇ ਸਦਾ ਤਿਆਰ ਬਾਰ ਤਿਆਰ ਰਹਿਣਾ ਚਾਹੀਦਾ ਵਾ। ਕਿਉਂਕਿ ਇੰਦਰਾ ਗਾਂਧੀ ਨੇ ਟੈਂਕਾਂ ਅਤੇ ਤੋਪਾਂ ਨਾਲ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ, ਦਰਬਾਰ ਸਾਹਿਬ ਦਾ ਸੀਨਾ ਵਿੰਨ ਕੇ, ਜਿਹੜਾ ਸਾਡਾ ਸਾਰਾ ਹੀ ਧਾਰਮਿਕ ਸਹਿ ਸੀ, ਜਿਹਦੇ ਵਿੱਚ ਗੁਰੂ ਮਹਾਰਾਜ ਦੇ ਹੁਕਮਨਾਮੇ 125 ਦੇ ਕਰੀਬ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਸਮੇਤ ਸਾਰਾ ਕੁਝ ਲੁੱਟ ਲਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਮਿਲਾਵਟ ਕਰਕੇ ਸਿੱਖਾਂ ਦੇ ਅੱਗੇ, ਦੁਨੀਆ ਦੇ ਅੱਗੇ ਪਰੋਸਣ ਵਾਸਤੇ ਉਹ ਅਜੇ ਵੀ ਜਿਹੜਾ ਸਾਡਾ ਸਾਹਿਤ ਖਜ਼ਾਨਾ ਵਾ ਉਸ ਉਹ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖਿਆ ਵਾ। ਹਾਈ ਕੋਰਟ ਦੇ ਆਰਡਰ ਦੇ ਬਾਵਜੂਦ ਵੀ ਉਹ ਸਾਡਾ ਖਜ਼ਾਨਾ ਨਾ ਸਾਨੂੰ ਵਾਪਸ ਕੀਤਾ ਵਾ, ਅਤੇ ਨਾ ਸਾਡੀ ਕਿਸੇ ਜਿਹੜੀ ਸੰਸਥਾ ਜਿਹੜੀ ਜਿਹਦਾ ਫਰਜ਼ ਬਣਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੇ ਵੀ ਲੈਣ ਦਾ ਪ੍ਰਾਪਤ ਕਰਨ ਦਾ ਕੋਈ ਯਤਨ ਨਹੀਂ ਕੀਤਾ। ਇਸ ਕਰਕੇ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ। ਅਤੇ ਜਿਹੜੀ ਇੱਕ ਗੱਲ ਹੋਰ ਆਪਾਂ ਕਹਿ ਦਿੰਦੇ ਹਾਂ ਕਿ ਸਾਰੇ ਸਿੱਖ ਰੋ ਪਏ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਜਿਹੜਾ ਸਿੱਖ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਸਕਦੇ ਆ, ਕਦੋਂ ਵਹਿ ਸਕਦੇ ਆ, ਜਦੋਂ ਉਹਨੇ ਕੋਈ ਮਾਰਕਾ ਮਾਰਿਆ ਹੋਏ ਅਤੇ ਉਹਦੇ ਜਜ਼ਬੇ ਦੇ ਹੰਝੂ ਵਹਿ ਸਕਦੇ ਆ, ਅਫਸੋਸ ਦੇ ਹੰਝੂ ਨਹੀਂ ਕਦੀ ਵੀ ਵਹਿ ਸਕਦੇ। ਸਿੱਖ ਕੌਮ ਦੇ ਵਿੱਚ ਇੱਕ ਰੂਹ ਪੈਦਾ ਹੋ ਗਿਆ ਸੀ, ਇਸ ਘੱਲੂਘਾਰੇ ਜਿਹੜਾ ਤਿੰਨ ਘੱਲੂਘਾਰੇ ਸਾਡੇ ਉੱਤੇ ਇਸ ਦੌਰ ਦੇ ਵਿੱਚ 1984 ਤੋਂ ਬਾਅਦ ਤਿੰਨ ਘੱਲੂਘਾਰੇ ਵਰਤਾਏ ਗਏ, ਕਹਿਰ ਵਰਤਾਇਆ ਗਿਆ ਸਾਡੇ 'ਤੇ। ਪਹਿਲਾ ਘੱਲੂਘਾਰਾ ਜੂਨ 1984 ਦਾ, ਦੂਜਾ ਘੱਲੂਘਾਰਾ ਨਵੰਬਰ 1984 ਦਾ, ਅਤੇ ਤੀਜਾ ਘੱਲੂਘਾਰਾ ਜਿਹਦੇ ਵਿੱਚ 25,000 ਦੇ ਕਰੀਬ ਸਾਡੀ ਜੁਝਾਰੂ ਜਵਾਨੀ ਨੂੰ ਦਾਣਿਆਂ ਵਾਂਗ ਗੋਲੀਆਂ ਨਾਲ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਤਰੀਕਿਆਂ ਦੇ ਨਾਲ ਝੂਠੇ ਮੁਕਾਬਲਿਆਂ ਦੀਆਂ ਕਹਾਣੀਆਂ ਘੜ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਤਿੰਨ ਘੱਲੂਘਾਰੇ ਅਸੀਂ ਆਪਣੇ ਪਿੰਡੇ 'ਤੇ ਹੰਢਾਏ ਨੇ, ਲੇਕਿਨ ਉਹਨਾਂ ਘੱਲੂਘਾਰਿਆਂ ਦੇ ਬਾਵਜੂਦ ਸਿੱਖ ਕੌਮ ਦੇ ਵਿੱਚ ਜਜ਼ਬਾ, ਜੋਸ਼ ਅਤੇ ਹਲਾਸ ਜਿਉਂ ਦਾ ਤਿਉਂ ਕਾਇਮ ਆ। ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਬੇਅਦਬੀ ਕੀਤੀ, ਅਤੇ ਜਦੋਂ ਮੌਕਾ ਮਿਲਿਆ ਜੇਲ੍ਹ ਵਿੱਚ ਵੀ ਸਿੰਘਾਂ ਨੇ ਉਹਨੂੰ ਸੋਧਾ ਲਾ ਦਿੱਤਾ, ਜਿਹੜਾ ਸਰਸੇ ਡੇਰੇ ਵਾਲਾ ਜਿਹੜਾ ਬਿੱਟੂ ਆ ਉਹਨੂੰ ਜੇਲ੍ਹ ਵਿੱਚ ਹੀ ਸੋਧਾ ਲਾ ਦਿੱਤਾ। ਇਹ ਜਜ਼ਬਾ ਵਾ, ਇਹ ਜਜ਼ਬਾ, ਜੋਸ਼, ਹਲਾਸ ਸਿੱਖ ਕੌਮ ਤੋਂ ਦੁਨੀਆ ਦੀ ਕੋਈ ਵੀ ਤਾਕਤ ਖਤਮ ਨਹੀਂ ਕਰ ਸਕਦੀ। ਭਾਵੇਂ ਇੱਥੇ ਮੁਗਲੀਆ ਸਲਤਨਤ ਆਈ, ਅੰਗਰੇਜ਼ ਸਾਮਰਾਜ ਆਇਆ, ਅਤੇ ਭਾਵੇਂ ਇੱਥੇ ਹਿੰਦੂ ਸਾਮਰਾਜ ਅੱਜ ਵੀ ਯਤਨਸ਼ੀਲ ਆ, ਇਹਨੂੰ ਕਦੇ ਵੀ ਇਸ ਜਜ਼ਬੇ, ਜੋਸ਼ ਅਤੇ ਹਲਾਸ ਨੂੰ ਸਿੱਖ ਕੌਮ ਦੇ ਹਿਰਦਿਆਂ ਵਿੱਚੋਂ ਖਤਮ ਨਹੀਂ ਕਰ ਸਕੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।